लोग दखनों का है ना गड़ा गड़ा काप के आ रहे ने तेरी अले अधी रात है। ਅੱਜ ਆਏ ਦੇ ਜੀ ਇਹਨਾਂ ਦਰ ਸ਼ੋਏਬ ਭਾਈ ਦਰ ਅਤੇ ਮੁਲਾਕਾਤ ਕੀਤੀ ਹੈ ਅਤੇ ਬੜੇ ਅੱਛੇ ਇਨਸਾਨ ਨੇ ਅਸਲਾਮ ਅਲੈਕੁਮ ਮੇਰੇ ਪਾਕਿਸਤਾਨੀਓ, ਮੈਂ ਮੁਹੰਮਦ ਸ਼ੋਏਬ ਗੁਜਰ ਖਾਨ ਆਪਕੀ ਖਿਦਮਤ ਮੈਂ ਹਾਜ਼ਰ ਹੂੰ। ਕੀਆ ਨਾਸ਼ਤਾ? ਨਹੀਂ ਨਹੀਂ ਕੀਆ ਅਭੀ ਤੱਕ? ਨਹੀਂ ਕਰ ਲੇ ਆਜ਼ਾਦ ਘੁੰਮ ਰਹੇ। ਮੁਝੇ ਤੋ ਕਭੀ ਦਿਨ ਕੋ 10 ਵਜੇ ਮਿਲਤਾ ਹੈ, ਕਭੀ ਸੁਬਹ 4 ਵਜੇ, ਕਭੀ 7 ਵਜੇ ਦੇ ਦੇਤੇ ਹੈ। ਬਰਲ ਜਬ ਵੀ ਦੇਤੇ ਹੈ ਮੈਂ ਚਕੇਰ ਖਾਲੀ ਕਰਕੇ ਹੀ ਵਾਪਸ ਭੇਜਤਾ ਹੂੰ। ਸ਼ਾਬਾਸ਼, ਦਬਾ ਕੇ ਖਾਏ ਆਜ਼ਾਦ ਹੈ ਤੋ ਅਸੀਨ ਮੌਸਮ ਕੇ ਸਾਥ ਅੱਜ ਕਾ ਵਲੌਗ ਕਰਤੇ ਹੈ ਜੀ ਸ਼ੁਰੂ, ਮੇਰੇ ਸਾਥ ਰਹੀਏਗਾ। ਜਾਨ ਤਮੰਨਾ ਜਾਨ ਅਦਾ ਤੂੰ ਹੈਲੋ ਦੁਕਾਨਾਂ 'ਤੇ ਨਹੀਂ ਕਹਿ ਚੱਲਾ ਜਲਸਾਨਾ ਲੋ ਤੇ ਹੋਣ ਦੇ ਸਿਰ ਗੀ ਚੱਲਾ ਜਲਾ। ਲੋਕ ਦੱਖਣੋਂ ਘਾਏ ਨਾ ਗੱਡਾ ਗੱਡਾ ਕੱਪ ਕੇ ਆ ਰਹੇ ਨੇ ਤੇਰੀ ਹਲੇ ਅੱਧੀ ਰਾਤ। ਬਸ 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 ਲੋਕਾਂ ਦੀਆਂ ਮਸਾਲਾਂ ਮਾਨਾ ਦੇ ਪਤਾ ਕੀ ਕਰਨਾ, ਚੱਲ ਅਗਾ ਦੁਕਾਨਾਂ 'ਤੇ ਚੁਲ। ਦਿਵਾਲੀਆਂ ਵਾਲੇ ਸ਼ੇਬ ਨੀ ਇਸਤਰੀ ਪਈ ਹੈ, ਮਹੀਨਾ ਹੋ ਗਿਆ ਪੁੱਛਣਾ ਰਹਿਣਾ, ਉਸਨੇ ਕੀ ਕੀਤੇ ਹੀ ਹਲਾ ਉਹ ਵਸੀ ਮਿਲਣਾ ਰਹਿਣਾ ਮਾਂ, ਇਸਤਰੀ ਹੋਏ ਕੱਪੜੇ ਲੱਗੇ ਹੋਣੇ ਸਭ ਜੰਗਲੇ 'ਚ ਤੇ ਨਹੀਂ ਰਹਿਣੇ, ਆਂਡੇ ਗੁਆਂਢੇ ਤੋਂ ਮੰਗ ਨਹੀਂ ਸੁਣਨਾ, ਦੁਕਾਨਾਂ 'ਤੇ ਜੁਲ, ਤੇਰੇ ਕੋਲੋਂ ਬਸ ਗੱਲਾਂ ਹੀ ਕਰਾ ਛੋੜੋ। ਚੱਲ ਦਿਲ ਮੇਰੇ ਛੋੜ ਦੇ ਫਿਰ ਆਖੇ ਦੁਕਾਨਾਂ 'ਤੇ ਜੁਲ, ਜਿਸਲੇ ਨਹੀਂ ਤੇ ਦੁਕਾਨਾਂ 'ਤੇ ਜੁਲ। ਇਹ ਇੱਥੋਂ ਬੱਕਰੀ ਘਰੇ ਬੂਟੇ ਨੇ ਪੱਤਰ ਖਾ ਗਈਏ ਅਤੇ ਇਸ ਨਾਲ ਕੋਈ ਖਿਆਲ ਨਹੀਂ ਤੇ ਦੁਕਾਨਾਂ 'ਤੇ ਜੁਲ, ਬੰਨਾ ਪਕੜੋ ਦੁਕਾਨਾਂ 'ਤੇ ਬੰਦਾ ਪਹੁੰਚ ਬੰਨਾ, ਨਹੀਂ ਤੇ ਰੋਲਾ ਹੀ ਹੋ ਗਿਆ। ਹਲੇ ਬਸੇ ਕਣਕਾਂ ਵੀ ਸਿੱਟਿਆ ਰੰਗ ਬਦਲਾਈਆਂ ਨੇ, ਥੋੜ੍ਹਿਆਂ ਦਿਹਾੜਿਆਂ ਬਾਅਦ ਦਰਾਟੀ ਕਹਿਣ 'ਤੇ ਪੱਟੀ ਚਾਹ, ਇਸ ਦਫ਼ਾ ਕੋਈ ਬਾਟਾ ਜਾਈ ਬਨਵਾਸ ਸੋਚਣਾ ਪੈ ਸੀ ਇਸ ਕਣਕਾਂ ਕੋਲੋਂ ਬਚਣੇ ਸੀ। ਕੰਪਲੇਨ ਆਈ ਹੈ ਜੀ, ਵਾਸ਼ਿੰਗ ਮਸ਼ੀਨ ਇੱਕ ਹੀ ਪਾਸੇ ਫਿਰਨੀ ਹੈ ਦੂਏ ਪਾਸੇ ਨਹੀਂ ਫਿਰਨੀ, ਅਤੇ ਜਾ ਰਹੇ ਜੀ ਸਮਾਨੇ ਸਮੇਤ, ਜਾ ਕੇ ਅਸਾਂ ਚੈੱਕ ਕਰਸਾਂ, ਤੁਸਾਂ ਨਾਲ ਵੀ ਸ਼ੇਅਰ ਕਰਸਾਂ, ਅਗਰ ਤੁਸਾਂ ਵੀ ਇਸ ਤਰ੍ਹਾਂ ਦਾ ਮਸਲਾ ਫੇਸ ਕਰ ਰਹੇ ਹੋ ਜਾਂ ਫਿਊਚਰ 'ਚ ਕਰਨਾ ਪੈਵੇ ਤੇ ਤੁਸਾਂ ਕਿਹੜੀ ਕਿਹੜੀ ਚੀਜ਼ਾਂ 'ਤੇ ਫੋਕਸ ਕਰਨੇ ਔਰ ਕਿ ਮਸਲਾ ਹੋ ਸਕਦੇ। ਲਓ ਜੀ ਦੋਸਤੋ, ਇਸ ਮਸ਼ੀਨ ਨਾਲ ਟਾਈਮਰ ਖਰਾਬ ਆ ਜੋ ਕਿ ਮੈਂ ਰਿਪਲੇਸ ਕਰ ਦਿੱਤਾ। ਬਹਰਾਲ ਇਹ ਵੇਖ, ਅਗਰ ਤੁਸਾਂ ਮਸ਼ੀਨ ਇੱਕ ਸਾਈਡ ਫਿਰਨੀ ਇੱਕ ਸਾਈਡ ਨਹੀਂ ਫਿਰਨੀ, ਸਭ ਤੋਂ ਕਾਮਨ ਜਿਹੜਾ ਫਾਲਟ ਆਉਣਾ ਜੀ ਤੁਸਾਂ ਨੇ ਟੂ ਵੇ ਵਨ ਵੇ ਸੋਚ ਖਰਾਬ ਹੋਣਾ। ਇਸ ਤੋਂ ਅੱਗੇ ਚੱਲ ਕੇ ਅਗਰ ਇਹ ਠੀਕ ਹੈ ਤੁਸਾਂ ਨਾਲ ਟਾਈਮਰ ਖਰਾਬ ਹੋ ਸੀ, ਅਗਰ ਟਾਈਮਰ ਵੀ ਠੀਕ ਹੈ ਫਿਰ ਤੁਸਾਂ ਨੇ ਜਿਹੜੀ ਇਹ ਵਾਇਰਿੰਗ ਹੈ ਥੱਲੇ ਮੋਟਰਾਂ ਦਰੋਂ ਦੋ ਤਾਰਾਂ ਆ ਰਹੀਆਂ ਨੇ ਦੋ ਵਾਪਸ ਜਾ ਰਹੀਆਂ ਨੇ, ਇਹਨਾਂ ਵਿੱਚ ਜਨਾਬ ਵਾਲੀ ਫਾਲਟ ਹੋ ਸੀ। ਇਸ ਸੂਰਤ ਤੇ ਜ਼ਿਆਦਾ ਇਹ ਹੋਣਾ ਕਿ ਜਾ ਕੇ ਕਪੈਸਟਰ ਤੋਂ ਇੱਕ ਅੱਧੀ ਤਾਰ ਲੱਥੀ ਹੋਣੀ। ਫਿਰ ਵੀ ਅਗਰ ਨਹੀਂ ਸਮਝ ਆਉਣੀ ਮਸ਼ੀਨਾਂ ਕੇ ਮਸਲਾ, ਰਕਸ਼ੇ ਤੋਂ ਲੈਦੋ ਮੰਡੀ ਦੁਕਾਨਾਂ ਤੇ ਆਣੋ, ਜ਼ਿਆਦਾ ਪਰੇਸ਼ਾਨ ਨਾ ਹੋ। ਕੁੱਲ ਰੰਗੀਆਂ ਟੂਟੀਆਂ ਲਵਾ ਲਓ, ਫਰਾਈ ਪੈਨ ਠੀਕ ਕਰਾ ਲਓ। ਇਹ ਸਭ ਕਿਆ ਦੇਖਣਾ ਪੜ ਰਹਾ ਹੈ, ਅੱਛਾ ਹੈ ਮੈਂ ਅੰਧਾ ਹੂੰ। ਲਓ ਜੀ ਦੋਸਤੋ, ਮਸ਼ੀਨ ਠੀਕ ਕਰਨੇ ਤੋਂ ਬਾਅਦ ਜਨਾਜ਼ੇ ਤੇ ਗਿਆ ਜੀ, ਤੁਸਾਂ ਵਾ ਸ਼ਾਇਦ ਪਤਾ ਹੋਵੇ, ਅਗਰ ਨਹੀਂ ਪਤਾ ਜਿਹੜੇ ਮੁਕਾਮੀ ਲੋਕ ਹੋ ਉਤਲੇ ਮੋੜੇ ਜਿਹੜੇ ਗੋਰੇਮਾਨ ਉਰਫ ਗੋਰਾ ਚਾਚਾ ਹੈ ਜੀ, ਉਹ ਰਜ਼ਾ ਲਾਈ ਨਾਲ ਵਫਾਤ ਪਾ ਗਏ ਨੇ, ਅਤੇ ਅਸੀਂ ਵੀ ਦੁਆ ਕਰਨੇ ਹਾਂ, ਤੁਸਾਂ ਵੀ ਦੁਆ ਕਰਨੀ ਹੈ, ਅੱਲਾ ਪਾਕ ਉਹਨਾਂ ਦੀ ਕਬਰ ਨਹੀਂ ਮਨਾਜ਼ਲ ਆਸਾਨ ਕਰੇ ਔਰ ਉਹਨਾਂ ਦੀ ਕਾਮੁਲ ਮਗਫਰਤ ਫਰਮਾਏ। ਇਸ ਤੋਂ ਅੱਗੇ ਚੱਲ ਕੇ ਜੀ, ਮੇਰੇ ਕੋਲ ਇੱਥੇ ਭਾਈ ਮੌਜੂਦ ਨੇ ਨਦੀਮ, ਸ਼ਾਇਦ ਇਹਨਾਂ ਦਾ ਨਾਮ ਹੈ,
ਇਸ ਤੋਂ ਇਲਾਵਾ ਇਹਨਾਂ ਨਾਲ ਤਲੋ ਗਏ ਜੀ ਟੀ ਆਈ ਪੀ ਕਲੋਨੀ ਨਾਲ, ਇਹ ਯੂਟਿਊਬ 'ਤੇ ਵੀ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਸ਼ੌਕੀਆ ਤੌਰ 'ਤੇ ਇੱਕ ਮੋਦਨੇ ਵਾਲੇ ਨਾਲ ਵੀ ਇਹਨਾਂ ਕੋਲ ਕਾਫੀ ਮਵਾਦ ਹੈ ਜੀ, ਡੇਟਾ। ਇਹਨਾਂ ਨੇ ਚੈਨਲ ਨਾਲ ਲਿੰਕ ਜਿਹੜਾ ਜੀ ਤੁਸਾਂ ਵਾ ਮੈਂ ਕਮੈਂਟ ਜਾਂ ਤਾਂ ਡਿਸਕ੍ਰਿਪਸ਼ਨ 'ਚ ਦੇ ਦੱਸਾਂ, ਇੱਥੇ ਤੁਸਾਂ ਵਾ ਇਹਨਾਂ ਨਾਲ ਚੈਨਲ ਜਿਹੜਾ ਜੀ ਉਸਦਾ ਨਾਮ ਵੀ ਲਿਖੇ ਆ ਰਿਹਾ ਸੀ। ਅਤੇ ਅਸਲਾਮ ਵਾਲੇਕੁਮ ਜੀ। ਅਸਲਾਮ ਵਾਲੇਕੁਮ ਜੀ, ਕੀ ਹਾਲ ਹੈ? ਠੀਕ ਹੋ ਸਰ? ਠੀਕ ਠਾਕ ਆਏ ਜੀ ਇਹਨਾਂ ਦਰ ਸ਼ੋਏਬ ਭਾਈ ਦਰ, ਅਤੇ ਮੁਲਾਕਾਤ ਕੀਤੀ ਹੈ, ਅਤੇ ਬੜੀ ਅੱਛੇ ਇਨਸਾਨ ਨੇ, ਨੇਕ ਇਨਸਾਨ ਨੇ, ਅਤੇ ਬੜਾ ਮਜ਼ਾ ਹੈ ਇਹਨਾਂ ਦਾ ਇਲਾਕਾ ਦੇਖ ਕੇ। ਅੱਛਾ ਜੀ, ਓਵਰਆਲ ਅਸਾਂ ਕੋਲ ਜਿਹੜੀ ਖੂਬਸੂਰਤੀ ਹੈ, ਇਸ ਵਿੱਚ ਕਾਫੀ ਚੀਜ਼ਾਂ ਸ਼ਾਮਿਲ ਨੇ, ਜਿਸ ਵਿੱਚ ਇਹ ਪਹਾੜ ਹੈ ਜੀ, ਜੋ ਕਿ ਅੱਲਾ ਪਾਕ ਦੀ ਤਰਫੋਂ ਇੱਕ ਹਿਸਾਬ ਨਾਲ ਅਸਾਂ ਇਹਨਾਂ ਨੂੰ ਕਿਲ੍ਹਾ ਆਖਦੇ ਹਾਂ ਜ਼ਮੀਨ ਦੀਆਂ। ਨਾਲ ਇਹ ਤਲੇ ਮੈਦਾਨ ਹੈ ਜੀ, ਜਿਸ ਵਿੱਚ ਮਾਸ਼ਾਅੱਲਾ ਕਣਕ ਲੱਗੀ ਹੈ, ਕਾਲਾ ਤੇ ਤੁਰ ਬੋਲ ਰਹੇ ਜੀ, ਇਸਦੀ ਆਵਾਜ਼ ਵੀ ਤੁਸੀਂ ਬਖੂਬੀ ਸੁਣ ਸਕਦੇ ਹੋ। ਅਤੇ ਇਸ ਤੋਂ ਇਲਾਵਾ ਸਭ ਤੋਂ ਮੇਨ ਚੀਜ਼ ਜੀ ਜੋ ਕਿ ਅਸਾਂ ਨੇ ਗ੍ਰਾਹ ਆ ਅਟਰੈਕਟਿਵ ਬਣਾਉਣੀ, ਇਹ ਨਹਿਰ ਹੈ ਜੀ, ਇਸਦੀ ਵੀਡੀਓ ਇਹਨਾਂ ਵੀ ਬਣਾਈਏ ਆਪਣੇ ਚੈਨਲ 'ਤੇ ਸ਼ੇਅਰ ਕਰ ਸੁਣ। ਅਤੇ ਇਸ ਹਵਾਲੇ ਨਾਲ ਇਹਨਾਂ ਕੋਲੋਂ ਪੁੱਛਣੇ ਆ ਯਾਰਾ, ਤੁਸਾਂ ਮਜ਼ੀਦ ਕੀ ਆਖਣਾ ਚਾਹੋ ਯਾਰਾ, ਤੁਸਾਂ ਇਸ ਤਰ੍ਹਾਂ ਨਾਲ ਜਾਂ ਇਸਨੇ ਨਾਲ ਨਾ ਗ੍ਰਾਹ ਕੋਈ ਦੇਖਿਆ ਇਸ ਤੋਂ ਪਹਿਲੇ, ਜਾਂ ਇਹ ਹੀ ਵੈਦ ਗ੍ਰਾਮ ਜਿਸ ਵਿੱਚ ਇਸ ਤਰ੍ਹਾਂ ਦੀਆਂ ਕੁਆਲਿਟੀਆਂ ਨੇ? ਬਾਕੀ ਵੀ ਹਰ ਏਰੀਆ ਆਪਣੀ ਇੱਕ ਖਾਸ ਮੁਕਾਮ ਰੱਖਣਾ ਜੀ, ਉਸਨੀ ਆਪਣੀ ਖੂਬਸੂਰਤੀ, ਆਪਣਾ ਇੱਕ ਲੇਵਲ ਹੈ। ਲੇਕਿਨ ਅਸੀਂ ਸਮਝਦੇ ਹਾਂ ਜੀ, ਪੂਰੀ ਪਾਕਿਸਤਾਨ ਅਤੇ ਪੂਰੀ ਦੁਨੀਆ 'ਤੇ ਇਸ ਤਰ੍ਹਾਂ ਨਾਲ ਗ੍ਰਾਹ ਕੋਈ ਨਹੀਂ, ਇਹਨਾਂ ਕੋਲੋਂ ਪੁੱਛਣੀ ਹੈ। ਦੱਸੋ ਜੀ। ਬੜਾ ਖੂਬਸੂਰਤ ਗ੍ਰਾਹ ਹੈ ਜੀ ਤੁਸਾਂ ਦਾ, ਔਰ ਫਸਟ ਟਾਈਮ ਮੈਂ ਇੱਥੇ ਆਇਆ, ਅਤੇ ਬੜੀ ਖੂਬਸੂਰਤ ਲੋਕ ਹੈ, ਔਰ ਜਿਹੜੇ ਇਸਦੇ ਵਿਊਜ਼ ਨੇ, ਜਿਹੜੇ ਇਸਦੇ ਨੈਚੁਰਲ ਜਿਹੜਾ ਇੱਕ ਇਸਦੀ ਖੂਬਸੂਰਤੀ ਹੈ, ਇਸ ਤਰ੍ਹਾਂ ਦਾ ਮੈਂ ਦੇਖਿਆ ਹੈ। ਲੇਕਿਨ ਉਹ ਹੋਰ ਉਸਦੀ ਆਪਣੀ ਖੂਬਸੂਰਤੀ ਹੈ, ਪੁੰਜ ਕਦੀਮ ਦੀ ਆਪਣੇ ਬਾਅਦ, ਲੇਕਿਨ ਇਹ ਜਿਹੜੀ ਚੀਜ਼ ਹੈ ਜੀ, ਇਹ ਬੜਾ ਇੱਕ ਦਿਲ ਅਟਰੈਕਟ ਕਰਦੀ ਹੈ। ਠੀਕ ਹੈ। ਅਤੇ ਅਸੀਂ ਅਮੂਮਨ ਇੱਥੋਂ ਲੰਘ ਕੇ ਚੁਲਨੇ ਹਾਂ। ਸਹੀ ਹੈ, ਇਸਲਾਮਾਬਾਦ ਇੱਥੇ ਕਦੇ ਰੁਕੇ ਹੀ ਨਾ। ਸਹੀ ਹੈ। ਅਤੇ ਮੇਰਾ ਫਸਟ ਟਾਈਮ ਇੱਥੇ ਆਉਣਾ ਹੋਇਆ। ਅਸਲ ਇਹ ਜਿਹੜੀ ਅਸਾਂ ਦੀ ਨਹਿਰ ਹੈ ਨਾ ਜੀ, ਇਹ ਥੋੜ੍ਹਾ ਜਿਹਾ ਰੋਡ ਤੋਂ ਹਟ ਕੇ ਵੇ, ਬਿਲਕੁਲ। ਲੇਕਿਨ ਜਿਹੜਾ ਬੰਦਾ ਇਸ ਜਗ੍ਹਾ ਵਾ ਦੇਖ ਕਿੰਨੇ, ਉਹ ਮੁੜ ਕੇ ਭੁਲਾ ਨਹੀਂ ਸਕਣਾ, ਨਹੀਂ ਭੁਲਾ ਸਕਦਾ। ਹਾਂ ਬਿਲਕੁਲ। ਅੱਛਾ, ਇਹ ਆਏ ਨੇ ਜੀ, ਇਹ ਸਾਹਮਣੇ ਏਰੀਏ ਵਿੱਚ ਜਾਂ ਸੂਰਜ ਗਲੀ ਵਾਲਾ ਸਟਾਪ ਹੈ, ਇਹ ਜਬਾਰ ਚੌਕ ਲੱਥੇ ਨੇ, ਇਸ ਏਰੀਏ ਵਿੱਚ ਜਿਹੜੀ ਉਹ ਨਹਿਰ ਵਾਲੀ ਮਸਜਿਦ ਹੈ, ਇਹ ਉਸਾਂ ਲੋੜਨੇ ਰਹੇ ਨੇ, ਫਿਰ ਅੱਗੇ ਕੀ ਬੰਦੇ ਕੋਲੋਂ ਪੁੱਛਿਆ ਨੇ, ਉਸ ਪਿੱਛਾ ਮੋੜਿਆ, ਫਿਰ ਮਜ਼ੀਦ ਕੋਈ ਬੰਦਾ ਬੱਕਰੀਆਂ ਵਿੱਚ ਗਾਣਾ ਹੈ, ਤਾਂ ਉਹ ਉਸ ਇਹਨਾਂ ਨੂੰ ਦੱਸਿਆ ਯਾਰਾ ਇਸ ਤਰ੍ਹਾਂ ਇਹ ਜਾਸੋ ਦਾ ਅੱਗੇ ਘਰ ਹੈ, ਅਤੇ ਇਹ ਫਿਰ ਮੇਰੇ ਕੋਲ ਇੱਥੇ ਪਹੁੰਚੇ ਨੇ ਜੀ। ਅਸਾਂ ਖਾਣਾ ਛਾਣਾ ਖਾਧਾ ਟੈਟ ਹੋ ਕੇ, ਅਤੇ ਜੋ ਕੁਝ ਇਹਨਾਂ ਨਾਲ ਨਸੀਬ ਆ, ਹੁਣ ਇਸ ਵਕਤ ਹੋ ਗਏ ਨੇ ਜੀ 1:22, ਅਤੇ ਅਸਾਂ ਟੰਡੋਰ 'ਤੇ ਖਲਦੇ ਹਾਂ। ਇਸ ਜਗ੍ਹਾ ਵਾਂ ਟੰਡੋਰ ਵੀ ਆਖਦੇ ਹਾਂ, ਬੇਸਿਕਲੀ ਉਰਦੂ ਵਿੱਚ ਟਨੋਲ ਹੈ। ਇਸ ਤੋਂ ਇਲਾਵਾ ਇਸ ਏਰੀਏ ਸਾਰੇ ਅਸੀਂ ਸੇਰੀ ਆਖਦੇ ਹਾਂ ਨੇ, ਅਤੇ ਇਹ ਉੱਥੇ ਬਣਕਿਆਲਾ ਆ ਜੁਲਣਾ ਨੇ, ਇਹ ਸਾਹਮਣੇ ਅੱਗੇ ਫੁਲਗਾਵੇ ਜੀ, ਇਹ ਇੱਥੋਂ ਪਰੇ ਅਸਾਨੀ ਦਿਵਾਲੀਆਂ ਸ਼ੁਰੂ ਹੋ ਜੁਲਣੀਆਂ, ਇੱਥੇ ਉੱਥੇ ਅਸਾਨੀ ਸੂਰਜ ਗੱਲੀ, ਇਸਨੇ ਵਿੱਚ ਤਰਿਆ ਮੋੜੇ ਨੇ, ਲਹਿਣਾ ਮੋੜਾ, ਵਿਸ਼ਕਾਰਲਾ ਮੋੜਾ ਅਤੇ ਉਤਲਾ ਮੋੜਾ। ਤੁਸਾਂ ਨਾ ਭਰਾ ਵਾਹ ਘੰਟੇ ਅੰਦਰ ਆ ਗਿਆ ਜੀ, ਅਤੇ ਤੁਸਾਂ ਅੱਗੇ ਚੱਲ ਕੇ ਦੱਸਣੇ ਆ ਕਿ ਗੁਜਰਾ ਪਕੜਨੇ ਵਾਸਤੇ ਕਿਸ ਨੂੰ ਯਤਨਾ ਮੇਲਾ ਲੱਗੇ ਹੈ, ਔਰ ਅਗਲੀ ਗੱਲ ਇਹ ਦੇਖਣੀ ਹੈ ਕਿ ਗੁਜਰ ਉਹਨਾਂ ਨੇ ਕਾਬੂ ਆਉਣਾ ਕਿ ਨਹੀਂ। ਬਾਕੀ ਇਹ ਜੀ ਕਿ ਤੁਸਾਂ ਮੈਂ ਇੱਥੇ ਨਾ ਨਜ਼ਾਰਾ ਜ਼ਰਾ ਦੱਸਣਾ, ਬਾਕੀ ਨਾਰਮਲੀ ਇੱਥੇ ਮਾਰਕੀਟ ਹੈ ਜੀ, ਅਤੇ ਉਹ ਸਾਹਮਣੇ ਨੇ ਸਖੀ ਬਾਬਾ, ਬਿਲਕੁਲ ਜਿਹਾ ਪਹਾੜ ਤੁਸਾਂ ਨਜ਼ਰ ਆ ਰਹੇ ਨਾ, ਉੱਥੇ ਟਾਵਰ ਵੀ ਨੇ, ਇਹ ਸਖੀ ਬਾਬੇ ਦੀ ਜ਼ਿਆਰਤ ਨੇ। ਇਹ ਜਿਹਾ ਵੱਡਾ ਚਰਖਾ ਨੇ ਨਾ, ਇਸ ਵਾਸਤੇ ਲੱਗੇ ਹੈ ਕਿ ਅਗਰ ਗੁਜਰ 3 ਬੈਰੀਓਲ ਵੱਲ ਪਸੋਂ ਆਵੇ ਅਤੇ ਇਸ ਵਿੱਚ ਫਸ ਚੁਲੇ। ਅੱਗੇ ਜਿਹੜਾ ਚਰਖਾ ਹੈ ਸੁਣ ਅਬਦਾਲ ਵਾਸਤੇ ਲਾਇਆ ਨੇ, ਜਰਾ ਉਹਲੇ ਪਾਸੋਂ ਅਗਰ ਗੁਜਰ ਆ ਚੁਲਣਾ ਅਤੇ ਉਹ ਫਸ ਚੁਲੇ। ਬਾਕੀ ਹਲੇ ਪਾਸੇ ਕੁਰਸੀਆਂ ਸ਼ੁਰਸੀਆਂ ਨੇ, ਜਿਤਨੇ ਵੀ ਇੱਥੇ ਸਕਿਉਰਟੀ ਬੰਦੇ ਨੇ ਗੁਜਰਾਂ ਪਕੜਨੇ ਵਾਸਤੇ, ਉਹਨਾਂ ਨੇ ਇੱਥੇ ਤਵਾਜ਼ੋ ਕੀਤੀ ਵਸੀ, ਅਤੇ ਉਹ ਪਾਰਲੇ ਪਾਸੇ ਵੀ ਦੂਰ ਦਰਾਜ਼ ਤੋਂ ਇੱਥੇ ਆਏ ਨੇ ਬੰਦੇ, ਉਹਨਾਂ ਦੀਆਂ ਖਿਦਮਤ ਵੀ ਕੀਤੀਆਂ ਵਾ, ਸੁਣ ਪੁਲਿਸ ਵੀ ਮੌਕੇ 'ਤੇ ਮੌਜੂਦ ਹੈ ਜੀ। ਪੂਰੇ
ਮੈਂ 100 ਰੁਪਏ ਨਾਲ ਖਿਦਾ ਜੀ ਟਿਕਟ ਅੰਦਰ ਚਲਾ ਗਿਆ। ਸਭ ਤੋਂ ਪਹਿਲੇ ਮੇਰਾ ਵੈਲਕਮ ਕੀਤਾ ਜੀ ਇਸ ਪਿਸ਼ੋਰੀ ਕੁੱਕੜੇ, ਜੋ ਕਿ ਐਕਸਪੈਕਟਡਲੀ ਇੱਥੇ ਹੀ ਕਿਸੇ ਹਮਲੇ ਨੇ ਬੰਦੇ ਨੇ ਔਰ ਸ਼ੌਕੀਨ ਹੈ ਕੋਈ ਬੰਦਾ ਜਿਸੇ ਕੁੱਕੜ ਰੱਖਿਆ, ਬੜਾ ਸੋਹਣਾ ਰੰਗ ਹੈ ਜੀ ਉਸ ਤੋਂ ਅੱਗੇ ਚੱਲ ਕੇ। ਅੱਲਾ ਨਿਸ਼ਾਨ ਹੈ ਜੀ, ਇਹ ਘੱਟਾ ਨੇ, ਇਸ ਦੀਆਂ 6 ਲੱਤਾਂ ਨੇ ਅਤੇ ਅੱਲਾ ਪਾਕ ਹਰ ਚੀਜ਼ 'ਤੇ ਕਾਦਰ ਹੈ ਜੀ। ਅਗਰ ਤੁਸਾਂ ਵੀ ਜਾਂ ਮਾਂ ਅੱਲਾ ਪਾਕ ਜਿਤਨੇ ਵੀ ਅਜ਼ਾ ਨੇ ਸਲਾਮਤ ਦਿੱਤੇ ਨੇ, ਤੁਸਾਂ ਕੋਈ ਮੂਜ਼ੀ ਮਾਰਜ ਨਹੀਂ, ਅਤੇ ਅੱਲਾ ਪਾਕ ਨਾਲ ਸ਼ੁਕਰ ਅਦਾ ਕਰਿਆ ਕਰੋ ਜੀ। ਇਸ ਚੀਜ਼ ਤੋਂ ਸਾਂ ਇਹੀ ਸਬਕ ਮਿਲਦਾ। ਨੈਕਸਟਲੀ ਇਹ ਬੁਝੂਏ ਜੋ ਕਿ ਚਿਕਮ ਪਖਾਨੇ ਅੱਗੇ ਭਲੇ ਫੜੇ ਸਾਇਜ਼ ਨਹੀਂ ਬਤੁਕ ਤੱਕੀਏ ਜੀ, ਨਾਲ ਹੀ ਸਿਰ ਡੱਕੀ ਜੀ ਪਿੰਜਰੇ 'ਚ ਰਾਮ ਸਕੂਨ ਨਾਲ ਬੈਠੀ, ਕਿਸੇ ਕਿਸਮ ਦੀ ਛਲੀਆਂ ਛਲੀਆਂ ਨਾਲ ਨੁਕਸਾਨ ਨਹੀਂ ਫਿਕਰ ਨਹੀਂ। ਉਸ ਤੋਂ ਅੱਗੇ ਜੀ 150 ਕਿਲੋ ਵਾਲਾ ਸਭ ਨੇ ਅਜਦਾਜ ਸਾਹਨੇ ਨੇ, ਇਹ ਇੱਥੇ ਡੱਕੇ ਆ ਜੀ। ਨਾਲ ਹੀ ਬਾਰ ਸਪੀਕਰ 'ਤੇ ਐਲਾਨ ਹੋਇਆ ਜੀ, 4 ਜੋਗੀ ਬੀਂਦ ਮਾਰਨੇ ਰਹੇ ਨੇ, ਬੜਾ ਦੂਰੋਂ ਜੋਲ ਕੇ ਸਾਂ ਕਾਬੂ ਕੀਤਾ ਨੇ, ਔਰ ਇਸ ਉੱਤੇ ਤਲਾਈ ਸੱਟੀ ਨੇ, ਫਿਰ ਅਸਾਂ ਬੋਰੀ 'ਚ ਪਾਇਆ ਨੇ, ਫਿਰ ਅਸਾਂ ਵਜ਼ਨ ਕੀਤਾ ਗਿਆ। ਹਾਲਾਂਕਿ ਜਿਸ ਤੱਕ ਮੇਰਾ ਨਾਲੋਜ ਹੈ ਜੀ, ਇਹ ਜਨਾਬ ਅਲੀ ਗੈਰ ਜ਼ਰੀਲਾ ਸਾਹਿਬ ਹੈ। ਦੂਸਰੇ ਨੰਬਰ 'ਤੇ ਬੀਂਦ ਜਿਹੜੀ ਹੈ ਜੀ, ਸਪਿਆਂ ਆਪਣੀ ਸੈਡ ਅਟਰੈਕਟ ਨਹੀਂ ਕਰਨੀ। ਅੱਛਾ ਜੀ, ਉਸ ਤੋਂ ਅੱਗੇ ਬਾਸ ਡੱਕੇ ਨੇ, ਜੋ ਕਿ ਪਹਾੜਾਂ ਦੀਆਂ ਚਟਾਨਾਂ 'ਤੇ ਹੋਣਾ ਚਾਹੀਦਾ, ਲੈਕੋਨ ਇਹ ਪਿੰਜਰੇ ਨੇ ਅੰਦਰ ਡੱਕੇ ਆ, ਔਰ ਬਿਲਕੁਲ ਸੋਹਣੇ ਡੱਕੇ ਆ। ਅੱਗੇ ਜੀ ਪੁਰਾਣਾ ਬੁੱਢਾ ਸ਼ੇਰ ਹੈ, ਜੋ ਕਿ ਅਫਰੀਕਾ ਨੇ ਜੰਗਲਾਂ 'ਚੋਂ ਆਇਆ, ਆਪਣੇ ਦੌਰ ਵਿੱਚ ਆਪਣੇ ਵੇਲੇ ਜਾਨ ਮੱਝੀਆਂ ਕੱਟੇ ਟਾਏ ਹੋ ਸਨ, ਲੈਕੋਨ ਇੱਥੇ ਥੱਕੇ ਤਰੱਟੇ ਆ ਅਤੇ ਸਤੇ ਆ ਲੰਮਾ ਪਏ ਹੈ। ਅੱਛਾ ਜੀ, ਇੱਥੇ ਫਿਰ ਟੁਰ ਕੇ ਅਸਾਂ 3 ਨੰਬਰ ਬੈਰੀਅਲ ਤੋਂ ਇੰਟਰੀ ਮਾਰੀਏ ਬਾਹਰ ਜੀ ਟੀ ਰੋਡ 'ਤੇ, ਲੱਗ ਗਿਆ ਜੀ ਟਰੱਕੇ ਨਹੀਂ ਬੱਤੀ ਪਿੱਛੇ, ਅਸਾਂ ਨੇ ਅਗਲੀ ਮੰਜ਼ਿਲ ਹੈ ਜੀ ਨਿਊ ਸਿਟੀ, ਔਰ ਉਸਨੇ ਅੰਦਰ ਜਾ ਕੇ ਅਸਾਂ ਨੇ ਜਿਹੜੀ ਫਾਈਨਲ ਡੈਸਟੀਨੇਸ਼ਨ ਹੈ ਜੀ ਉਹ ਆ ਨਿਊ ਸਿਟੀ ਅਰਕੇਡ। ਸਭ ਤੋਂ ਪਹਿਲੇ ਬਾਹਰ ਤੋਂ ਮੈਂ ਉਸਨੇ ਕਲਿੱਪ ਕਰਿਆ ਤਾਂ ਕਿ ਤੁਸਾਂ ਨਾਲ ਦੱਸਾਂ ਯਾਰਾ ਇੱਥੇ ਲਾਈਟਾਂ ਕਿਹੋ ਲੱਗੀਆਂ ਨੇ। ਜੂ ਹੀ ਅੰਦਰ ਵੜੋ ਜੀ, ਇਸ ਨੇ ਅੰਦਰ ਸਭ ਤੋਂ ਮੇਨ ਜਿਹੜੀ ਚੀਜ਼ ਹੈ ਜਿਹੜੀ ਅਸਾਂ ਅਟਰੈਕਟ ਕਰਨੀ ਹੈ, ਇਹ ਉਹ ਤਾਂ ਸਿੱਧੀ ਤੀਰ ਅਬਸ਼ਾਰ ਜੀ ਹੈ ਕੋਈ, ਥੱਲੇ ਇਸਨੇ ਇਹ ਰੋਈਲੇ ਬਟੇ ਛੱਟੇ ਪਏ ਨੇ, ਨੀਲੀਆਂ ਪੀਲੀਆਂ ਸਤਰੰਗੀਆਂ ਲਾਈਟਾਂ ਲੱਗੀਆਂ ਨੇ, ਬੜਾ ਮਜ਼ੇ ਨਾਲ ਮਾਹੌਲ ਬਣੇ ਆ। ਮੈਂ ਕਾਫੀ ਸੋਚਿਆ ਕਿ ਪਾਣੀ ਉੱਥੇ ਕਿੱਥੋਂ ਵਹਿਣਾ, ਪਰ ਅਲਮਾ ਸਮਝ ਨਹੀਂ ਆਈ, ਲਿਆਜ਼ਾ ਮੈਂ ਜ਼ਿਆਦਾ ਜ਼ਹਿਨ 'ਤੇ ਜ਼ੋਰ ਨਹੀਂ ਦਿੱਤਾ। ਅੱਛਾ ਜੀ, ਮੈਂ ਉੱਥੇ ਫਿਰਨਾ ਟੁਰਨਾ ਰਿਹਾ ਤਾਂ ਮੈਂ ਲੱਗਿਆ ਕਿ ਮੈਂ ਕਿਸੇ ਦੂਏ ਮੁਲਕ 'ਚ ਆ ਰਿਹਾ, ਪਰ ਅਲ ਜੂੰ ਹੀ ਇਸ ਚਮਚਾ 'ਤੇ ਨਜ਼ਰ ਪਈਏ, ਮੈਂ ਡਾਇਰੈਕਟ ਸਮਝ ਗਿਆ ਯਾਰ ਇਹ ਕਿਸੇ ਆਪਣੇ ਏਰੀਏ 'ਚ ਆ, ਮਾਂ ਕੋਈ ਖਤਰਾ ਨਹੀਂ ਹੈ, ਗੁੰਮਿਆ ਛੁੰਮਿਆ ਕੋਈ ਨੰਬਰ ਨਾਲੋ ਨਾਲ ਹੀ, ਕਿਉਂਕਿ ਪਾਣੀ ਮੈਂ ਸਫ਼ਰ ਦੇ ਦੌਰਾਨ ਘੱਟ ਪੀਤਾ ਹੈ, ਮੇਰੀ ਇੱਕ ਬੇਵਕੂਫੀ ਹੈ, ਮੇਰਾ ਬੀਪੀ ਲੋ ਹੋ ਗਿਆ ਅਤੇ ਥੋੜ੍ਹੀ ਤਬੀਅਤ ਨਸਾਜ਼ ਹੋ ਗਈ ਹੈ, ਨਾਲ ਹੀ ਨਮਾਸ਼ਾਂ ਦੀ ਨਮਾਜ਼ ਨਾਲ ਟਾਈਮ ਹੋ ਗਿਆ, ਬਾਹਰ ਪੈ ਗਿਆ ਨੇਰਾ, ਵਜ਼ੂ ਕੀਤਾ, ਨਮਾਜ਼ ਪੜ੍ਹੀ ਹੋ ਗਿਆ ਜੀ ਫਰੈਸ਼। ਅੱਛਾ ਜੀ, ਫਿਰ ਫੈਮਿਲੀ ਨਾਲ ਹੀ ਅਸਾਂ ਨੇ ਉਹਨਾਂ ਨੇ ਇੰਤਜ਼ਾਰ ਵਿੱਚ ਥੋੜ੍ਹੀ ਦੇਰ ਗੱਡੀ ਨੇ ਅੰਦਰ ਬੈਠਾ ਰਿਹਾ, ਅੰਦਰ ਬਹਿ ਬਹਿ ਕੇ ਥੱਕਿਆ ਬਾਹਰ ਨਿਕਲ ਗਿਆ, ਅਤੇ ਇਹ ਟੀਵੀਆਂ ਜਾਂ ਤੱਕਣਾ ਰਿਹਾ ਜਿਨ੍ਹਾਂ ਨੇ ਮੈਂ ਇੰਟੈਲੀਜੈਂਟ ਔਰ ਸਮਾਰਟ ਕਿਸਮ ਨੇ ਬੰਦਿਆਂ, ਸਮਝ ਨਹੀਂ ਆਈ ਕਿ ਇੱਕ ਕਿਸ ਕਿਸਮ ਦੀ ਮਸ਼ਹੂਰੀ ਹੋ ਰਹੀ ਹੈ ਅਤੇ ਇੱਕ ਜਨਾਬ ਅਲੀ ਇੱਥੇ ਰੋਲਾ ਰਪੈ। ਜਨਾਬ ਅਲੀ ਦੁਬਾਰਾ ਤੋਂ ਅਸਾਂ ਟਰੱਕੇ ਨਹੀਂ ਬੱਤੀ ਪਿੱਛੇ ਲੱਗ ਕੇ ਤਲਾਂ ਚਲੇ ਗਏ ਹਸਣੇ ਵਾਲੇ ਪਾਸੇ, ਅਤੇ ਪਹੁੰਚ ਗਏ ਅਸਾਂ ਚੀਜ਼ੀਓਸ 'ਤੇ, ਜੋ ਕਿ ਪਾਕਿਸਤਾਨੀ ਬ੍ਰਾਂਡ ਹੈ ਜੀ। ਉੱਥੇ ਜਾ ਕੇ ਅਸਾਂ ਕੀਤਾ ਜੀ ਆਰਡਰ, ਤਿਆਰ ਹੋਣੇ ਨੇ ਦੌਰਾਨ ਜਿਹੜਾ ਦੌਰਾਨੀਆਂ ਹੈ ਜੀ, ਉਸ ਵਿੱਚ ਮੈਂ ਕੱਢਿਆ ਮੋਬਾਈਲ, ਜ਼ਰਾ ਆਪੇ 'ਤੇ ਲਾਈਏ, ਜ਼ਰਾ ਮੱਖੇ ਐਫੀਸ਼ੀਐਂਸੀ ਮਾਰ ਕੇ ਨਾ, ਤਾਂ ਕਿ ਤੁਹਾਨੂੰ ਪਤਾ ਚੱਲੇ ਮੈਂ ਇੱਥੇ ਗਏ ਹਾਂ। ਸਭ ਤੋਂ ਪਹਿਲੇ ਅਸਾਂ ਸਰਵ ਕੀਤਾ ਗਿਆ ਜੀ ਰੋਲ ਪਲੇਟਰ, ਨਾਲ ਹੀ ਫਰਾਈਜ਼ ਹੈ ਜੀ। ਅੱਛਾ ਜੀ, ਉਸ ਤੋਂ ਅੱਗੇ ਕੋਲਡ ਡਰਿੰਕ ਵਿੱਚ ਅਸਾਂ ਕੋਲ ਅਗੇਨ ਪਾਕਿਸਤਾਨੀ ਬ੍ਰਾਂਡ ਨੀ ਨੈਕਸਟ ਕੋਲ ਆਈ, ਜੋ ਕਿ ਪੈਪਸੀ ਔਰ ਕੋਕ ਨੇ ਦਰਮਿਆਨ ਨਾ ਇੱਕ ਫਲੇਵਰ ਹੈ, ਮੈਂ ਅਸਾਂ ਰਿਕਮੈਂਡ ਕਰ ਸਾਂ ਜੀ। ਅਤੇ ਨਾਲੋ ਨਾਲ ਹੀ ਕਰਾਊਨ ਕ੍ਰਸਟ ਪੀਜ਼ਾ ਆ ਗਿਆ ਨੇ, ਉਸ ਤੋਂ ਅੱਗੇ ਆ ਗਿਆ ਨੇ ਜੀ ਚਿਕਨ ਟਿੱਕਾ ਪੀਜ਼ਾ, ਉਸ ਤੋਂ ਬਾਅਦ ਅਸਾਂ ਸਰਵ ਕੀਤਾ ਗਿਆ ਜੀ ਪਾਸਤਾ, ਜੋ ਕਿ ਮੇਰੇ ਕੋਲ ਆਉਣ ਵਾਲੇ ਉਸ ਦੀਆਂ ਟਿੱਕਾ ਬੋਟੀਆਂ ਅਲੱਦ ਅਲੱਦ ਹੋ ਗਈਆਂ, ਸੋ ਤੇ ਮੈਂ ਮੁਨਾਸਬ ਨਹੀਂ ਸਮਝਿਆ ਕਿ ਉਸਨੇ ਬਿਖਰੇ ਆਜ਼ਾਦ ਉਸ ਨਾਲ ਸ਼ੇਅਰ ਕਰਾਂ, ਬਹਰਹਾਲ ਜੀ ਕਾਫੀ ਅੱਛਾ ਐਕਸਪੀਰੀਅੰਸ ਰਿਹਾ। ਲੋ ਜੀ ਦੋਸਤੋ, ਇਸ ਵਕਤ ਅਸਾਂ ਯਾਮ ਤੇ ਆ ਗਏ ਨੇ, ਇੱਥੋਂ ਖਾਧੀ ਆਈਸ ਕ੍ਰੀਮ ਜੋ ਕਿ ਬਹੁ ਵਧੀਆ ਆਈ ਜੀ, ਇਹਨਾਂ ਨੇ ਗੁਆਂਢੀਆਂ ਵੀ ਮਾਸ਼ਾਅੱਲਾ ਬਹੁ ਧੂਆਂ ਧਾਰੀ ਤਖਾਈ ਹੈ, ਕਿਆ ਬਾਤ ਹੈ, ਔਰ ਦੱਬੀ ਰੱਖੋ। ਇਸ ਤੋਂ ਇਲਾਵਾ ਸੰਗੀਓ, ਵਾਇਸ ਓਵਰ ਵਾਲਾ ਐਕਸਪੀਰੀਅੰਸ ਜ਼ਿੰਦਗੀ 'ਚ ਪਹਿਲੀ ਦਫ਼ਾ ਕੀਤਾ ਜੀ, ਗਲਤੀ ਨਾਲ ਅਗਰ ਕੋਲਾ ਨੈਕਸਟ ਆ, ਨੈਕਸਟ ਕੋਲਾ ਆਗ ਸਟਿਆ ਹੋਵੇ ਤੇ ਇਗਨੋਰ ਮਾਰਸੋ। ਵੀਡੀਓਆਂ ਤੁਸਾਂ ਕਰਨਾ ਜੀ ਲਾਈਕ ਸ਼ੇਅਰ, ਕਿਸੇ ਵੀ ਕਿਸਮ ਨਾਲ ਕੋਈ ਨਵਾਂ ਆਈਡੀਆ ਵੇ ਜਾਂ ਕੋਈ ਤੁਸਾਂ ਨੀ ਰਾਏ ਵੇ ਕਮੈਂਟ ਸੈਕਸ਼ਨ 'ਚ ਉਹ ਵੀ ਦੇਸੋ। ਨੈਕਸਟ ਵੀਡੀਓ ਤੱਕ ਮਮਾ ਸ਼ੇਬ ਗੁਜਰ ਦਵਾਲੀਆਂ ਲੈ ਦਿਓ ਜੀ ਇਜਾਜ਼ਤ ਅਲਨ ਵਾਲੇ।